ਹੈਲੋ ਸਟੂਡੈਂਟਸ ਕੀ ਹਾਲ ਹੈ ਤੁਹਾਡਾ ਵੈਲਕਮ ਟੂ ਟੁਡੇਜ਼ ਔਨਲਾਈਨ ਕਲਾਸ ਅੱਜ ਅਸੀਂ ਪੜ੍ਹਾਂਗੇ ਵਾਤਾਵਰਨ ਤੇ ਜਮਾਤ 5ਵੀਂ ਤੇ ਅੱਜ ਦਾ ਸਾਡਾ ਵਿਸ਼ਾ ਹੈ ਜੰਗਲ ਅਤੇ ਜੀਵਨ ਇਸ ਪਾਠ ਦੇ ਵਿੱਚ ਅਸੀਂ ਜੰਗਲਾਂ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਜਾਣਾਂਗੇ ਤੇ ਬੱਚਿਓ ਇਹਨਾਂ ਸਾਰੀਆਂ ਗੱਲਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਨਾ ਭਾਰਤ ਦੇ ਕਈ ਰਾਜਾਂ ਦੇ ਵਿੱਚ ਜੰਗਲ ਬਹੁਤ ਤਰ੍ਹਾਂ ਬਹੁਤ ਜ਼ਿਆਦਾ ਫੈਲੇ ਹੋਏ ਹਨ ਜਿਵੇਂ ਅਸਾਮ, ਚਾਰਖੰਡ, ਮਨੀਪੁਰ, ਰਾਜਸਥਾਨ ਆਦਿ ਤੇ ਬੱਚਿਓ ਇੱਕ ਮਹੱਤਵਪੂਰਨ ਗੱਲ ਪੰਜਾਬ ਦੇ ਵਿੱਚ ਜੰਗਲਾਤ ਦਾ ਏਰੀਆ ਬਹੁਤ ਹੀ ਘਟ ਹੈ ਜੰਗਲ ਸਾਡੇ ਲਈ ਬਹੁਤ ਹੀ ਸਹਾਈ ਹੁੰਦੇ ਹਨ ਜੰਗਲ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਤੇ ਵਰਖਾ ਲਿਆਉਣ ਦੇ ਵਿੱਚ ਵੀ ਮਦਦ ਕਰਦੇ ਹਨ ਬੱਚੋ ਰੈਣ ਬਸੇਰਾ ਦਾ ਅਰਥ ਹੈ ਰਹਿਣ ਦੀ ਜਗਾ ਜੰਗਲ ਜਾਨਵਰਾਂ ਦਾ ਰੈਣ ਬਸੇਰਾ ਵੀ ਹੁੰਦੇ ਹਨ ਜੰਗਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਾਨਵਰ ਇਕੱਠੇ ਮਿਲ ਕੇ ਰਹਿੰਦੇ ਹਨ ਇਹ ਜੰਗਲਾਂ ਤੋਂ ਹੀ ਉਹ ਆਪਣੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਬੱਚਿਓ ਜੰਗਲਾਂ ਦੇ ਵਿੱਚ ਰਹਿਣ ਵਾਲੇ ਜਾਨਵਰਾਂ ਨੂੰ ਜੰਗਲੀ ਜਾਨਵਰਾਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਜੰਗਲਾਂ ਦੇ ਵਿੱਚ ਰਹਿ ਕੇ ਹੀ ਇਹ ਜਾਨਵਰ ਆਪਣੀਆਂ ਹਰ ਤਰ੍ਹਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਹਨ ਜੰਗਲਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਦੀਵਾਸੀ ਕਿਹਾ ਜਾਂਦਾ ਹੈ ਇਸ ਲਈ ਜੰਗਲਾਂ ਦੇ ਵਿੱਚ ਬਹੁਤ ਸਾਰੀਆਂ ਆਦੀਵਾਸੀ ਜਾਤੀਆਂ ਰਹਿੰਦੀਆਂ ਹਨ ਭਾਰਤ ਦੇ ਵਿੱਚ ਮਨੀਪੁਰ ਅਸਾਮ ਰਾਜਸਥਾਨ ਮਧ ਪ੍ਰਦੇਸ਼ ਤੇ ਝਾਰਖੰਡ ਇਹਨਾਂ ਰਾਜਾਂ ਦੇ ਵਿੱਚ ਜੰਗਲਾਂ ਦੇ ਵਿੱਚ ਆਦੀਵਾਸੀ ਜਾਤੀਆਂ ਹੁੰਦੀਆਂ ਹਨ ਝਾਰਖੰਡ ਦੇ ਜੰਗਲਾਂ ਦੇ ਵਿੱਚ ਰਹਿਣ ਵਾਲੀ ਆਦੀਵਾਸੀ ਜਾਤੀ ਮੁੰਡਾ ਹੈ ਇਹ ਜੰਗਲਾਂ ਦੇ ਵਿੱਚ ਰਹਿ ਕੇ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ ਮਨੀਪੁਰ ਦੇ ਜੰਗਲਾਂ ਦੇ ਵਿੱਚ ਰਹਿਣ ਵਾਲੀ ਆਦੀਵਾਸੀ ਜਾਤੀ ਨੂੰ ਮਰਮ ਅਤੇ ਚੀਰੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬੱਚੋ ਇਸੇ ਤਰ੍ਹਾਂ ਹੀ ਅਸਾਮ ਦੇ ਜੰਗਲਾਂ ਦੇ ਵਿੱਚ ਰਹਿਣ ਵਾਲੀ ਆਦੀਵਾਸੀ ਜਾਤੀ ਬੋਡੋਸ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਸ ਤੋਂ ਬਾਅਦ ਰਾਜਸਥਾਨ ਦੇ ਜੰਗਲਾਂ ਦੇ ਵਿੱਚ ਭੀਲ ਨਾਮਕ ਆਦੀਵਾਸੀ ਜਾਤੀ ਰਹਿੰਦੀ ਹੈ ਤੇ ਇਹ ਲੋਕ ਜੰਗਲਾਂ ਤੋਂ ਹੀ ਆਪਣੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਮੱਧ ਪ੍ਰਦੇਸ਼ ਦੇ ਜੰਗਲਾਂ ਦੇ ਵਿੱਚ ਰਹਿਣ ਵਾਲੀ ਆਦੀਵਾਸੀ ਜਾਤੀ ਗੌਂਡ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਸ ਤਰ੍ਹਾਂ ਜੰਗਲਾਂ ਦੇ ਵਿੱਚ ਬਹੁਤ ਸਾਰੀਆਂ ਆਦੀਵਾਸੀ ਜਾਤੀਆਂ ਰਹਿੰਦੀਆਂ ਹਨ ਜੰਗਲ ਅਤੇ ਭੋਜਨ ਬੱਚਿਓ ਭੋਜਨ ਦਾ ਇੱਕ ਵੱਡਾ ਸਾਧਨ ਜੰਗਲ ਹਨ ਜੰਗਲ ਦੇ ਵਿੱਚ ਰਹਿਣ ਵਾਲੇ ਜੰਗਲੀ ਜਾਨਵਰ ਅਤੇ ਬਹੁਤ ਸਾਰੀਆਂ ਆਦੀਵਾਸੀ ਜਾਤੀਆਂ ਜੰਗਲਾਂ ਤੋਂ ਹੀ ਆਪਣੇ ਖਾਣ ਪੀਣ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਜੰਗਲ ਦੇ ਵਿੱਚ ਮਿਲਣ ਵਾਲੇ ਫਲ ਫੁੱਲ ਤੇ ਸਬਜ਼ੀਆਂ ਨਾਲ ਹੀ ਇਹ ਲੋਕ ਆਪਣਾ ਗੁਜ਼ਾਰਾ ਕਰਦੇ ਹਨ ਜੰਗਲਾਂ ਦੀਆਂ ਬਹੁਤ ਸਾਰੀਆਂ ਖਾਣ ਪੀਣ ਦੀਆਂ ਵੈਰਾਈਟੀਆਂ ਮਿਲਦੀਆਂ ਹਨ ਜੰਗਲਾਂ ਤੋਂ ਹੀ ਇਹ ਲੋਕ ਆਪਣੇ ਭੋਜਨ ਦੀ ਲੋੜ ਨੂੰ ਪੂਰਾ ਕਰਦੇ ਹਨ ਸੋ ਇਸ ਤਰ੍ਹਾਂ ਬੱਚੋ ਜਾਨਵਰ ਅਤੇ ਆਦੀਵਾਸੀ ਜਾਤੀ ਭੋਜਨ ਦੇ ਲਈ ਜੰਗਲਾਂ ਤੇ ਹੀ ਨਿਰਭਰ ਹਨ ਜੰਗਲ ਅਤੇ ਜੜੀ ਬੂਟੀਆਂ ਜੰਗਲਾਂ ਤੋਂ ਸਾਨੂੰ ਕਈ ਤਰ੍ਹਾਂ ਦੀਆਂ ਜੜੀ ਬੂਟੀਆਂ ਪ੍ਰਾਪਤ ਹੁੰਦੀਆਂ ਹਨ ਤੇ ਬੱਚਿਓ ਇਹ ਜੜੀ ਬੂਟੀਆਂ ਦੇ ਨਾਲ ਹੀ ਦਵਾਈਆਂ ਬਣਾਈਆਂ ਜਾਂਦੀਆਂ ਹਨ ਜਿਸ ਦਾ ਇਸਤੇਮਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਬਿਮਾਰੀ ਨੂੰ ਠੀਕ ਕਰਨ ਲਈ ਕੀਤਾ ਜਾਂਦਾ ਹੈ ਇਸ ਲਈ ਜੰਗਲਾਂ ਤੋਂ ਮਿਲਣ ਵਾਲੀਆਂ ਜੜੀਆਂ ਬੁੱਟੀਆਂ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੁੰਦੀਆਂ ਹਨ ਤੇ ਬੱਚਿਓ ਜੇ ਜੰਗਲ ਨਾ ਹੋਣ ਤਾਂ ਜੜੀ ਬੂਟੀਆਂ ਨਹੀਂ ਹੋਣਗੀਆਂ ਤੇ ਜੜੀਆਂ ਬੂਟੀਆਂ ਨਾ ਹੋਣ ਦੇ ਹਾਲਾਤ ਦੇ ਵਿੱਚ ਦਵਾਈਆਂ ਵੀ ਬਹੁਤ ਘੱਟ ਬਣਨਗੀਆਂ ਇਸ ਲਈ ਜੰਗਲਾਂ ਦੀ ਹੋਂਦ ਸਾਡੇ ਲਈ ਬਹੁਤ ਜ਼ਰੂਰੀ ਹੈ ਜੰਗਲਾਂ ਨੂੰ ਬਚਾੜਾ ਸਾਡੇ ਲਈ ਬਹੁਤ ਜ਼ਰੂਰੀ ਹੈ ਜੰਗਲਾਂ ਤੋਂ ਹੀ ਸਾਨੂੰ ਬਹੁਤ ਤਰ੍ਹਾਂ ਦਾ ਸਾਜੋ-ਸਮਾਨ ਮਿਲਦਾ ਹੈ ਬੱਚਿਓ ਜੰਗਲਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀ ਲੱਕੜ ਹੁੰਦੀ ਹੈ ਤੇ ਇਸ ਲੱਕੜ ਦੇ ਨਾਲ ਹੀ ਅਲੱਗ-ਅਲੱਗ ਤਰ੍ਹਾਂ ਦਾ ਸਮਾਨ ਬਣਾਇਆ ਜਾਂਦਾ ਹੈ ਜੰਗਲ ਦੇ ਵਿੱਚ ਮਿਲਣ ਵਾਲੀ ਲੱਕੜ ਦੇ ਨਾਲ ਫਰਨੀਚਰ ਬਣਾਇਆ ਜਾਂਦਾ ਹੈ ਤੇ ਜੰਗਲਾਂ ਦੇ ਪੱਤਿਆਂ ਦੇ ਰੁੱਖਾਂ ਦੇ ਪੱਤਿਆਂ ਦੇ ਨਾਲ ਪਤਲਾ ਅਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪਲੇਟਾਂ ਬਣਾਈਆਂ ਜਾਂਦੀਆਂ ਹਨ ਬੱਚਿਓ ਪੁਰਾਣੇ ਜਮਾਨੇ ਦੇ ਵਿੱਚ ਇਹਨਾਂ ਪਤਲਾ ਨੂੰ ਹੀ ਖਾਣ ਦੇ ਲਈ ਵਰਤਿਆ ਜਾਂਦਾ ਸੀ ਇਸ ਤਰ੍ਹਾਂ ਹੀ ਜੰਗਲ ਤੋਂ ਮਿਲਣ ਵਾਲੀ ਲੱਕੜ ਤੋਂ ਅਲੱਗ-ਅਲੱਗ ਤਰ੍ਹਾਂ ਦਾ ਫਰਨੀਚਰ ਦੇ ਘਰ ਦੇ ਵਿੱਚ ਸਜਾਉਣ ਲਈ ਹੋਰ ਬਹੁਤ ਸਾਰਾ ਸਮਾਨ ਬਣਾਇਆ ਜਾਂਦਾ ਹੈ ਤੇ ਇਹਨਾਂ ਸਾਰਿਆਂ ਨੂੰ ਵਪਾਰ ਦੇ ਤੌਰ ਤੇ ਵੇਚਿਆ ਤੇ ਖਰੀਦਣ ਦਾ ਕੰਮ ਵੀ ਕੀਤਾ ਜਾਂਦਾ ਹੈ ਇਸ ਤਰ੍ਹਾਂ ਜੰਗਲਾਂ ਤੋਂ ਮਿਲਣ ਵਾਲੀ ਲੱਕੜ ਸਾਡੇ ਲਈ ਬਹੁਤ ਸਹਾਈ ਹੁੰਦੀ ਹੈ ਫਰਨੀਚਰ ਦੇ ਨਾਲ ਨਾਲ ਕਰਾਂ ਦੁਕਾਨਾਂ ਸ਼ਾਪਿੰਗ ਮਾਲਸ ਤੇ ਹੋਰ ਸਾਰੀਆਂ ਜਗਾਵਾਂ ਨੂੰ ਸਜਾਉਣ ਲਈ ਇਸ ਲੱਕੜ ਦੀਆਂ ਬਣੀਆਂ ਹੋਈਆਂ ਚੀਜ਼ਾਂ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਬੱਚਿਓ ਜੰਗਲ ਤੋਂ ਹੀ ਸਾਨੂੰ ਗੂੰਦ ਵੀ ਮਿਲਦੀ ਹੈ ਤੇ ਇਸ ਗੂੰਦ ਦਾ ਪ੍ਰਯੋਗ ਵੀ ਅਸੀਂ ਬਹੁਤ ਸਾਰੇ ਕੰਮਾਂ ਦੇ ਲਈ ਕਰਦੇ ਹਾਂ ਸੋ ਅੱਗੇ ਜਾਂ ਚੱਲਦੇ ਹਾਂ ਜੰਗਲਾਂ ਦੀ ਕਟਾਈ ਪਰ ਕੁਝ ਲੋਕ ਆਪਣੇ ਮਤਲਬ ਕਿਉਂਕਿ ਜਨਸੰਖਿਆ ਦੇ ਵਿੱਚ ਲਗਾਤਾਰ ਬਹੁਤ ਹੀ ਵਾਧਾ ਹੋ ਰਿਹਾ ਹੈ ਤੇ ਇਸ ਲਈ ਮਨੁੱਖ ਨੂੰ ਆਪਣੇ ਰਹਿਣ ਦੇ ਲਈ ਜਗ੍ਹਾ ਨਹੀਂ ਮਿਲ ਰਹੀ ਤੇ ਹੌਲੀ-ਹੌਲੀ ਜੰਗਲਾਂ ਦੀ ਕਟਾਈ ਦੇ ਵੱਲ ਨੂੰ ਮਨੁੱਖ ਵੱਧਦਾ ਜਾ ਰਿਹਾ ਹੈ ਬੱਚਿਓ ਜੰਗਲਾਂ ਦੀ ਕਟਾਈ ਦੇ ਬਹੁਤ ਸਾਰੇ ਨੁਕਸਾਨ ਹਨ ਜੇ ਜੰਗਲ ਨਾ ਹੋਣਗੇ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ ਜੰਗਲ ਨਾ ਹੋਣ ਤੇ ਵਰਖਾ ਨਹੀਂ ਹੋਏਗੀ ਵਾਤਾਵਰਨ ਅਸ਼ੁੱਧ ਹੋ ਜਾਏਗਾ ਇਸ ਲਈ ਜੰਗਲਾਂ ਦੀ ਕਟਾਈ ਨੂੰ ਰੋਕਣਾ ਚਾਹੀਦਾ ਹੈ ਜੰਗਲਾਂ ਦੀ ਕਟਾਈ ਹੋਣ ਕਾਰਨ ਵਰਖਾ ਨਾ ਹੋਏਗੀ ਤੇ ਜਿਸ ਦੇ ਨਾਲ ਅੱਜ ਕੱਲ ਦੀ ਸਭ ਤੋਂ ਵੱਡੀ ਸਮੱਸਿਆ ਗਲੋਬਲ ਵਾਰਮਿੰਗ ਟੈਂਪਰੇਚਰ ਧਰਤੀ ਦਾ ਵਧਣਾ ਸ਼ੁਰੂ ਹੋ ਜਾਏਗਾ ਜਿਸ ਕਾਰਨ ਬਹੁਤ ਹੀ ਨੁਕਸਾਨਦਾਇਕ ਹੈ ਇਸ ਦੇ ਨਾਲ ਹੀ ਜੰਗਲਾਂ ਦੀ ਕਟਾਈ ਕਾਰਨ ਵਰਖਾ ਨਾ ਹੋਣ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਧਰਤੀ ਦੇ ਉੱਪਰ ਸੋਕਾ ਪੈ ਜਾਏਗਾ ਤੇ ਸੋਕਾ ਪੈਣ ਕਾਰਨ ਅਨਾਜ ਨਹੀਂ ਉਗੇਗਾ ਜਿਸ ਦੇ ਨਾਲ ਪੁਖਮਰੀ ਵਰਗੀਆਂ ਬਿਮਾਰੀਆਂ ਇਸ ਧਰਤੀ ਦੇ ਉੱਤੇ ਫੈਲ ਜਾਣਗੀਆਂ ਤੇ ਬੱਚਿਓ ਜੰਗਲ ਜਾਨਵਰਾਂ ਦਾ ਰਹਿਣ ਬਸੇਰਾ ਹਨ ਜਦੋਂ ਅਸੀਂ ਜੰਗਲਾਂ ਨੂੰ ਕੱਟ ਦਵਾਂਗੇ ਤਾਂ ਕੀ ਹੋਏਗਾ ਜੰਗਲਾਂ ਦੇ ਵਿੱਚ ਰਹਿਣ ਵਾਲੇ ਜਾਨਵਰ ਸ਼ਹਿਰਾਂ ਵੱਲ ਨੂੰ ਭੱਜਣਗੇ ਇਹੀ ਕਾਰਨ ਹੈ ਕਿ ਹੁਣ ਬਹੁਤ ਸਾਰੇ ਜਾਨਵਰ ਵਕ-ਵਕ ਥਾਵਾਂ ਤੇ ਦੇਖਣ ਨੂੰ ਮਿਲਦੇ ਹਨ ਜੰਗਲਾਂ ਦੇ ਵਿੱਚ ਭੋਜਨ ਜਾਲ ਅਤੇ ਭੋਜਨ ਲੜੀ ਬਨਾਈ ਹੁੰਦੀ ਹੈ ਬੱਚਿਓ ਸਾਨੂੰ ਭੋਜਨ ਜਾਲ ਤੇ ਭੋਜਨ ਲੜੀ ਬਾਰੇ ਵਿਸਤਾਰਪੂਰਵਕ ਪਤਾ ਹੈ ਤੇਜੇ ਜੰਗਲ ਨਾ ਹੋਣਗੇ ਤਾਂ ਇਹ ਭੋਜਨ ਲੜੀ ਔਰ ਭੋਜਨ ਜਾਲ ਵੀ ਟੁੱਟਦਾ ਜਾਏਗਾ ਇਸ ਲਈ ਜੰਗਲਾਂ ਦੀ ਕਟਾਈ ਨੂੰ ਰੋਕਣ ਦਾ ਸਰਕਾਰ ਨੂੰ ਪੂਰਾ ਇੰਤਜ਼ਾਮ ਕਰਨਾ ਚਾਹੀਦਾ ਹੈ ਜੇ ਜੰਗਲ ਨਾ ਹੋਣਗੇ ਤਾਂ ਅਸੀਂ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ ਸੋ ਬੱਚੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਆਪਣਾ ਇਹ ਵਾਲਾ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਹੁਣ ਤੁਸੀਂ ਖੁਦ ਇਸ ਪਾਠ ਨੂੰ ਇੱਕ ਵਾਰੀ ਜ਼ਰੂਰ ਪੜਿਓ ਤੇ ਇਸ ਨੂੰ ਪੜਨ ਤੋਂ ਬਾਅਦ ਇਸ ਦੀਆਂ ਬੈਕ ਐਕਸਰਸਾਈਜ਼ ਸੋਲਵ ਕਰਿਓ ਸੋ ਬੱਚੋ ਨਵੇਂ ਟੌਪਿਕ ਦੇ ਨਾਲ ਫੇਰ ਮਿਲਾਂਗੇ ਤਦ ਤੱਕ ਧੰਨਵਾਦ